ਮੇਰੇ ਹੈਟਸ ਹਰਨੀਆ ਸੀ। ਫਿਰ ਮੈਂ ਸਰ ਦੀ ਵੀਡੀਓ ਦੇਖੀ ਯੂਟਿਊਬ ਤੇ, ਫਿਰ ਮੈਂ ਇਹਨਾਂ ਨੂੰ ਫੋਨ ਕੀਤਾ, ਸਰ ਨੇ ਮੈਨੂੰ ਫਿਰ ਸਰਜਰੀ ਬਾਰੇ ਕਿਹਾ, ਫਿਰ ਮੈਂ ਸਰਜਰੀ ਕਰਾਈ, ਮੇਰੀ ਬਿਲਕੁਲ ਵਧੀਆ ਸਰਜਰੀ ਹੋਈ ਆ। ਵੀ ਮੈਨੂੰ ਸਤਿ ਸ਼੍ਰੀ ਅਕਾਲ, ਮੈਂ ਅੰਮ੍ਰਿਤਸਰ ਤੋਂ ਰਹਿਣ ਵਾਲੀ ਹਾਂ। ਮੇਰੇ ਹੈਟਸ ਹਰਨੀਆ ਸੀ। ਮੈਂ ਪਹਿਲਾਂ ਕਿ ਅੰਮ੍ਰਿਤਸਰ ਗੁਰੂ ਨਾਨਕ ਹੋਸਪਿਟਲ ਦਿਖਾਇਆ, ਉਹਨਾਂ ਨੇ ਆਖਿਆ ਵੀ ਅਸੀਂ ਤੁਹਾਡੇ ਰਿਸਪੋਂਸ ਨਹੀਂ ਲੈਂਦੇ, ਤੁਹਾਡਾ ਆਪਰੇਟ ਨਹੀਂ ਹੋ ਸਕਦਾ, ਅਸੀਂ ਜ਼ਿੰਮੇਵਾਰੀ ਨਹੀਂ ਲੈ ਸਕਦੇ। ਫਿਰ ਮੈਂ PGI ਦਿਖਾਇਆ, PGI ਤੋਂ ਵੀ ਉੱਥੇ ਮੈਨੂੰ ਬਹੁਤ ਹੀ ਟਾਈਮ ਲੱਗਣਾ ਸੀ। ਉਹਨਾਂ ਨੇ ਕਿਹਾ ਹੈ ਵੀ ਅਸੀਂ ਪਹਿਲਾਂ ਟੈਸਟ ਕਰਾਂਗੇ, ਆ ਕਰਾਂਗੇ, ਬਹੁਤ ਡੇਟ ਲੰਮੀ ਦਿੰਦੇ ਸੀ, ਸਾਲ ਭਰ ਦੀ ਡੇਟ ਮਿਲਦੀ ਸੀ। ਫਿਰ ਮੈਂ ਸਰ ਦੀ ਵੀਡੀਓ ਦੇਖੀ ਯੂਟਿਊਬ ਤੇ, ਫਿਰ ਮੈਂ ਇਹਨਾਂ ਨੂੰ ਫੋਨ ਕੀਤਾ, ਫਿਰ ਮੈਂ ਤਾਂ ਮੇਰੀ ਸਿਸਟਰ ਆਏ, ਫਿਰ ਇੱਥੇ ਸਰ ਨੂੰ ਮਿਲ ਕੇ ਗਏ। ਸਰ ਨੇ ਮੈਨੂੰ ਫਿਰ ਸਰਜਰੀ ਬਾਰੇ ਕਿਹਾ, ਫਿਰ ਮੈਂ ਸਰਜਰੀ ਕਰਾਈ। ਹੁਣ ਸਾਲ ਹੋ ਗਿਆ, ਮੇਰੀ ਬਿਲਕੁਲ ਵਧੀਆ ਸਰਜਰੀ ਹੋਈ ਆ, ਵੀ ਮੈਨੂੰ ਕੋਈ ਪ੍ਰੋਬਲਮ ਨਹੀਂ। ਜਦੋਂ ਪਹਿਲਾਂ ਹੀ ਮੇਰੀ ਇੰਨੀ ਜ਼ਿਆਦਾ ਬੁਰੀ ਹਾਲਤ ਸੀ, ਮੈਂ ਪਾਣੀ ਵੀ ਪੀਂਦੀ ਸੀ ਤਾਂ ਉਲਟੀ ਵੱਜ ਜਾਂਦੀ ਸੀ, ਕੁਛ ਨਹੀਂ ਖਾਧਾ ਪੀਤਾ ਪਚਦਾ, ਬਹੁਤ ਹੀ ਜ਼ਿਆਦਾ ਬੁਰਾ ਹਾਲ ਸੀ। ਹੁਣ ਮੈਂ ਬਿਲਕੁਲ ਠੀਕ ਹਾਂ। ਮੈਂ ਤਾਂ ਇਹੀ ਸਭ ਨੂੰ ਕਹਾਂਗੀ, ਜਿਨ੍ਹਾਂ ਨੂੰ ਕੋਈ ਪ੍ਰੋਬਲਮ ਆ, ਹੈਟਸ ਹਰਨੀਆ ਜਾਂ ਕਿ ਜਾਂ ਹੋਰ ਆ, ਸਰ ਨਾਲ ਆ ਕੇ ਕੰਸਲਟ ਕਰਨ। ਸਟਾਰ ਹੋਪ ਹੋਸਪਿਟਲ ਜਲੰਧਰ ਬਹੁਤ ਹੀ ਵਧੀਆ, ਇੱਥੋਂ ਦਾ ਸਟਾਫ ਆ ਬਹੁਤ ਹੀ ਵਧੀਆ, ਸਰ ਨੇ ਬਹੁਤ ਹੀ ਵਧੀਆ ਰਿਸਪੋਂਸ ਵੀ ਆ। ਓਕੇ, ਥੈਂਕ ਯੂ।